ਹੈਦਰਾਬਾਦ ਗੈਂਗਰੇਪ ਦੇ ਦੋਸ਼ੀਆਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਇਸ ਪੂਰੀ ਘਟਨਾ ਦਾ ਵੇਰਵਾ ਜਨਤਾ ਨੂੰ ਦਿੱਤਾ ਕਿ ਕਿਵੇਂ ਇਹ ਐਨਕਾਊਂਟਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਚਾਰਾਂ ਦਰਿੰਦਿਆਂ ਨੂੰ ਸਬੂਤ ਇਕੱਠਾ ਕਰਨ ਲਈ ਘਟਨਾ ਸਥਾਨ ਉੱਤੇ ਲਿਜਾਇਆ ਗਿਆ ਤਾਂ ਉਹਨਾਂ ਵਿੱਚੋਂ ਇੱਕ ਦੋਸ਼ੀ ਪੁਲਿਸ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸਨੇ ਪੁਲਿਸ ਉੱਤੇ ਫਾਇਰ ਵੀ ਕੀਤਾ, ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਇਨ੍ਹਾਂ ਚਾਰਾਂ ਦੋਸ਼ੀਆਂ ਦਾ ਐਨਕਾਊਂਟਰ ਕਰ ਦਿੱਤਾ। ਆਓ ਦੇਖਦੇ ਹਾਂ ਇਹ ਪੂਰੀ ਵੀਡੀਓ। ब्यूरो रिपोर्ट, रंगला टीवी।